ਟਵੀਟਰ ਨੂੰ ਟੱਕਰ ਦੇਣ ਲਈ ਮੈਟਾ ਮੈਦਾਨ ਦੇ ਵਿੱਚ ਉਤਰ ਗਈ ਹੈ ਕੰਪਨੀ ਦੇ ਜਿਸ ਕੇ ਨੈਨ ਐਪ ਦੀ ਚਰਚਾ ਹੁਣ ਤੱਕ ਹੋ ਰਹੀ ਸੀ ਉਹ ਲਾਂਚ ਹੋ ਚੁੱਕਾ ਅੱਜ ਅਸੀਂ ਗੱਲ ਕਰ ਰਹੇ ਹਾਂ ਥ੍ਰੈਟਸ ਜੀ ਜੋ ਇੱਕ ਮੈਟਾ ਦਾ ਨਵਾਂ ਐਪ ਹੈ ਇਹ ਐਪ ਇੰਸਟਾਗ੍ਰam ਬੇਸਡ ਹੈ ਕੰਪਨੀ ਨੇ ਇਸ ਨੂੰ ਟੈਕਸਟ ਸ਼ੇਅਰਿੰਗ ਲਈ ਲਾਂਚ ਕੀਤਾ ਹੈ ਲਾਂਚ ਹੋਣ ਤੋਂ ਕੁਝ ਸਮੇਂ ਬਾਅਦ ਹੀ ਇਸ ਐਪ ਤੇ 1 ਕਰੋੜ ਤੋਂ ਵੱਧ ਸਾਈਨ ਅਪ ਹੋ ਚੁੱਕੇ ਨੇ ਯਾਨੀ ਕਿ 1 ਕਰੋੜ ਦੀ ਗਿਣਤੀ ਯੂਜ਼ਰ ਪਾਰ ਕਰ ਚੁੱਕੇ ਨੇ ਮਾਰਕ ਜੁਗਰਬਰਗ ਨੇ ਇਸ ਦੀ ਜਾਣਕਾਰੀ ਖੁਦ ਦਿੱਤੀ ਹੈ ਕੰਪਨੀ ਨੂੰ ਇਸ ਐਪ ਨੂੰ ਟੈਕਸਟ ਸ਼ੇਅਰਿੰਗ ਤੇ ਪਬਲਿਕ ਕਨਵਰਸੇਸ਼ਨ ਐਪ ਦੱਸ ਰਹੀ ਹੈ ਜੇਕਰ ਐਲਨ ਮਸਕ ਦੇ ਟਵਿੱਟਰ ਦੇ ਨਾਲ ਤੁਲਨਾ ਕਰੀਏ ਤਾਂ ਇਹ ਐਪ ਕਾਫੀ ਅਲੱਗ ਹੈ ਤੇ ਇਹ ਐਪ ਟਵਿੱਟਰ ਦੇ ਪੁਰਾਣੇ ਵਰਜ਼ਨ ਦੇ ਵਾਂਗ ਹੈ ਇਸ ਐਪ ਨੂੰ ਇੰਸਟਾਗ੍ਰਾਮ ਦੀ ਟੀਮ ਨੇ ਖੁਦ ਡਿਵੈਲਪ ਕੀਤਾ ਜਿਸ ਦਾ ਸਿੱਧਾ ਮੁਕਾਬਲਾ ਟਵਿੱਟਰ ਨਾਲ ਹੈ ਇਹ ਐਪ ਟੈਕਸਟ ਬੇਸਡ ਕਨਵਰਸੇਸ਼ਨ ਲਈ ਲਾਂਚ ਕੀਤਾ ਗਿਆ ਹੈ ਥ੍ਰੈਡਸ ਪਲੇਟਫਾਰਮ ਤੇ ਤੁਸੀਂ 500 ਕੈਰੈਕਟਰ ਤੱਕ ਦੇ ਟੈਕਸਟ ਦੇ ਨਾਲ ਵੀਡੀਓ ਤਸਵੀਰਾਂ ਵੀ ਸ਼ੇਅਰ ਕਰ ਸਕਦੇ ਹਾਂ ਇਸ ਤੇ ਤੁਸੀਂ 5 ਮਿੰਟਾਂ ਤੱਕ ਦੀ ਵੀਡੀਓ ਸ਼ੇਅਰ ਕਰ ਸਕਦੇ ਹੋ ਤੇ ਨਾਲ ਹੀ ਇਸ ਉੱਪਰ ਲਿੰਕ ਸ਼ੇਅਰ ਕਰਨ ਦੀ ਵੀ ਆਪਾਂ ਨੂੰ ਸਹੂਲਤ ਮਿਲੇਗੀ ਥ੍ਰੈਡਸ ਤੇ ਸਾਈਨ ਅਪ ਕਰਨਾ ਬਹੁਤ ਹੀ ਆਸਾਨ ਹੈ ਇਸ ਲਈ ਤੁਹਾਨੂੰ ਨਵਾਂ ਅਕਾਊਂਟ ਬਣਾਉਣ ਦੀ ਲੋੜ ਨਹੀਂ ਪੁਰਾਣੇ ਇੰਸਟਾਗ੍ਰam ਅਕਾਊਂਟ ਨੂੰ ਯੂਜ਼ ਕਰਕੇ ਹੀ ਸਾਈਨ ਅਪ ਕਰ ਸਕਦੇ ਹਾਂ ਜੇਕਰ ਤੁਹਾਡੇ ਫੋਨ ਦੇ ਵਿੱਚ ਇੰਸਟਾਗ੍ਰam ਪਹਿਲਾਂ ਤੋਂ ਹੀ ਇੰਸਟਾਲ ਹੈ ਤਾਂ ਤੁਸੀਂ ਪਾਸਵਰਡ ਤੱਕ ਐਂਟਰ ਨਹੀਂ ਕਰਨਾ ਪਵੇਗਾ ਇਹ ਐਪ ਤੁਹਾਨੂੰ Google Play Store ਤੇ Apple App Store ਤੋਂ ਡਾਊਨਲੋਡ ਕਰ ਸਕਦੇ ਹੋ ਦੋਵੇਂ ਹੀ ਪਲੇਟਫਾਰਮਾਂ ਤੇ ਇਹ ਐਪ ਫ੍ਰੀ ਦੇ ਵਿੱਚ ਉਪਲਬਧ ਹੈ Threat's ਐਪ 100 ਤੋਂ ਜ਼ਿਆਦਾ ਦੇਸ਼ਾਂ ਦੇ ਵਿੱਚ ਲਾਂਚ ਹੋ ਚੁੱਕਾ ਹੈ ਇਸ ਵਿੱਚ ਭਾਰਤ ਵੀ ਸ਼ਾਮਲ ਹੈ ਹਾਲਾਂਕਿ ਇਹ ਯੂਰੋਪੀ ਯੂਰੋਪੀਅਨ ਸ਼ੁਰੂਆਤ ਵਿੱਚ ਉਪਲਬਧ ਨਹੀਂ ਹੋਵੇਗਾ